ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਤੋੜਿਆ ਜਾ ਰਿਹਾ ਇਹ ਢਾਂਚਾ ਉਹੀ ਦਰਸ਼ਨੀ ਸਥਲ ਹੈ ਜਿੱਥੋਂ ਸ਼ਰਧਾਲੂ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਦੇ ਸਨ। ਕਈ ਸਾਲਾਂ ਦੀ ਮੰਗ ਅਤੇ ਕੋਸ਼ਿਸ਼ਾਂ ਮਗਰੋਂ ਨਵੰਬਰ 2019 ਵਿੱਚ ਦੋਹਾਂ ਮੁਲਕਾਂ ਨੇ ਲਾਂਘਾ ਖੋਲ੍ਹ ਦਿੱਤਾ ਤਾਂ ਇਸ ਦਰਸ਼ਨੀ ਸਥਲ ਦੀ ਲੋੜ ਨਹੀਂ ਰਹੀ ਅਤੇ ਇਸ ਨੂੰ ਢਾਹ ਦਿੱਤਾ ਗਿਆ। ਹੁਣ ਇਸ ਦੀ ਥਾਂ 'ਤੇ ਬਣ ਕੇ ਤਿਆਰ ਹੈ ਕਰਤਾਰਪੁਰ ਲਾਂਘਾ। ਹੁਣ ਤਾਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਂਘਾ ਬੰਦ ਕੀਤਾ ਗਿਆ ਅਤੇ ਸੰਗਤਾਂ ਫਿਲਹਾਲ ਪਾਕਿਸਤਾਨ ਜਾ ਕੇ ਦਰਸ਼ਨ ਨਹੀਂ ਕਰ ਸਕਦੀਆਂ। ਅਜੇ ਵਿੱਚ ਲੋਕਾਂ ਦੇ ਮਨਾਂ ਵਿੱਚ ਇੱਕ ਇੱਛਾ ਜਾਗਦੀ ਹੈ ਕਿ ਕੋਈ ਸਥਾਨ ਅਜਿਹਾ ਹੋਵੇ ਜਿੱਥੋਂ ਖੜ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ ਜਾ ਸਕਣ। ਗੁਰੂ ਨਾਨਕ ਦੇਵ ਜੀ ਦੀ 17ਵੀਂ ਪੀੜ੍ਹੀ 'ਚੋਂ ਆਉਂਦੇ ਸੁਖਦੀਪ ਸਿੰਘ ਬੇਦੀ ਵੱਲੋਂ BSF ਦੇ ਆਲਾ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਕੰਡਿਆਲੀ ਤਾਰ ਨੇੜੇ ਆਪਣੇ ਟਰੱਸਟ ਦੀ ਮਦਦ ਨਾਲ ਮਈ 2008 ਨੂੰ ਇੱਕ ਦਰਸ਼ਨੀ ਸਥਲ ਸਥਾਪਿਤ ਕੀਤਾ ਗਿਆ ਸੀ। ਉੱਥੇ ਦੂਰਬੀਨ ਵੀ ਸਥਾਪਿਤ ਕੀਤੀ ਗਈ ਸੀ ਤਾਂ ਜੋ ਲੋਕ ਇੱਥੋਂ ਪਾਕਿਸਤਾਨ 'ਚ ਸਥਿਤ ਗੁਰਧਾਮ ਦੇ ਦਰਸ਼ਨ ਕਰ ਸਕਣ। ਅਸੀਂ ਉਹਨੂੰ ਹਰ ਸਾਲ ਲਗਾਤਾਰ ਜਦ ਤੱਕ ਦਰਸ਼ ਕੋਰੀਡੋਰ ਨਹੀਂ ਖੁੱਲ੍ਹਿਆ ਔਰ ਦਰਸ਼ਨ ਸਥਲ ਨੂੰ ਡਿਮੋਲਿਸ਼ ਨਹੀਂ ਕੀਤਾ, ਮੈਂ ਹਰ ਸਾਲ ਉਹਨੂੰ ਰੈਨੋਵੇਟ ਜਿਹੜਾ ਸੀਗਾ ਰੰਗ ਰੋਗਨ ਹਰ ਸਾਲ ਕਰਾਉਂਦੇ ਰਹੇ। ਬਹੁਤ ਸੋਹਣਾ ਉੱਤੇ ਇੱਕ VIP ਰੂਮ ਬਣਿਆ ਸੀ, ਜਿਹੜੇ VIP ਆਉਂਦੇ ਸੀਗੇ, ਮੀਟਿੰਗਸ ਹੁੰਦੀਆਂ ਸੀਗੀਆਂ ਸਭ ਉਸ ਕਮਰੇ ਦੇ ਵਿੱਚ ਜਿਹੜੀਆਂ ਵਾ। ਜਦੋਂ ਲੋਕ ਹੋਰ ਆਉਣ ਲੱਗੇ ਫਿਰ ਦੂਰਬੀਨ ਦੀ ਚੱਲਿਆ ਵੀ ਨਹੀਂ ਵੀ ਇੱਥੇ ਜੀ ਦੂਰਬੀਨ ਜ਼ਰੂਰ ਲਗਾਓ, ਫਿਰ BSF ਦੀ ਇਜਾਜ਼ਤ ਦੇ ਨਾਲ ਦੂਰਬੀਨ ਜਿਹੜੀਆਂ ਸੀ ਉਹ ਲਗਾਈਆਂ। ਮੈਨੂੰ ਪੁੱਛਿਆ ਵੀ ਤੁਸੀਂ 70-80 ਲੱਖ ਰੁਪਈਆ ਲਾਇਆ, ਤੁਸੀਂ ਕੋਈ ਕਲੇਮ ਤਾਂ ਨਹੀਂ ਕਰਨਾ ਚਾਹੁੰਦੇ? ਤਾਂ ਮੈਂ ਕਿਹਾ ਨਹੀਂ, ਮੈਂ ਕੋਈ ਪੈਸਾ ਕਲੇਮ ਨਹੀਂ ਕਰਨਾ ਚਾਹੁੰਦਾ ਔਰ ਮੈਂ ਦੁਬਾਰਾ ਵੀ ਇਸ ਸੇਵਾ ਦੇ ਲਈ ਜਿਹੜਾ ਵਾ ਉਹ ਤਿਆਰ ਰਹਾਂਗਾ। ਹੁਣ ਸ਼ਰਧਾਲੂਆਂ ਦੇ ਮਨ ਵਿੱਚ ਮਲਾਲ ਹੈ ਕਿ ਇੱਕ ਪਾਸੇ ਤਾਂ ਲਾਂਘਾ ਬੰਦ ਹੈ, ਦੂਜੇ ਪਾਸੇ ਦਰਸ਼ਨੀ ਸਥਲ ਵੀ ਨਹੀਂ ਰਿਹਾ ਅਤੇ ਹੁਣ ਜੋ ਸ਼ਰਧਾਲੂ ਆਉਂਦੇ ਨੇ ਉਹ ਧੂਸੀ ਬੰਨ 'ਤੇ ਖੜ੍ਹੇ ਹੋ ਕੇ ਦਰਸ਼ਨ ਕਰਨ ਲਈ ਮਜਬੂਰ ਨੇ। ਮੁਸ਼ਕਲ ਬਹੁਤ ਆਉਂਦੀ ਹੈ ਕਿਉਂਕਿ ਹੁਣ ਤਾਂ ਦੂਰਬੀਨ ਵੀ ਹਟਾ ਦਿੱਤੀ ਗਈ ਹੈ। ਸੁਖਦੀਪ ਸਿੰਘ ਅਪੀਲ ਕਰਦੇ ਨੇ ਕਿ ਸੰਗਤ ਦੀ ਸਹੂਲਤ ਲਈ ਮੁੜ ਦਰਸ਼ਨੀ ਸਥਲ ਬਣਾਇਆ ਜਾਵੇ, ਇਸ ਵਿੱਚ ਉਹ ਮਦਦ ਕਰਨ ਲਈ ਤਿਆਰ ਨੇ। ਅਗਰ ਅੱਜ ਵੀ ਸਰਕਾਰ ਚਾਹੇ ਸਾਨੂੰ ਉਹ ਸੇਵਾ ਦਾ ਮੌਕਾ ਦੇਣਾ ਅਤੇ ਜਿਸ ਤਰ੍ਹਾਂ ਦਾ ਦਰਸ਼ਨ ਸਥਲ ਗਏਗੀ ਗੌਰਮੈਂਟ ਉਸ, ਕਿਉਂਕਿ ਬਹੁਤ ਜ਼ਰੂਰਤ ਹੈ ਦਰਸ਼ਨ ਸਥਲ ਦੀ। ਹਰ ਆਦਮੀ ਪਾਸਪੋਰਟ ਲੈ ਕੇ ਨਹੀਂ ਜਾ ਸਕਦਾ ਔਰ ਲੋਕ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਆਉਂਦੇ ਨੇ ਜਾਂ ਇੱਥੇ ਆਉਂਦੇ ਨੇ, ਕਿਸੇ ਦੇ ਇੱਕ ਬੰਦੇ ਨੇ ਜਾਣਾ, ਚਾਰ ਨੂੰ ਛੱਡਣ ਆਉਂਦੇ ਨੇ ਵੀ ਸ਼ਾਮ ਨੂੰ ਉਹਨੇ ਦਰਸ਼ਨ ਕਰਕੇ ਵਾਪਸ ਆਉਣਾ, ਉਹ ਸਾਰਾ ਦਿਨ ਦੇ ਵਿੱਚ ਅਗਰ ਇੱਥੋਂ ਵੀ ਦਰਸ਼ਨ ਕਰ ਲੈਂਦੇ ਨੇ ਤਾਂ ਉਹ ਬੜਾ ਆਪਣੇ ਆਪ ਨੂੰ ਖੁਸ਼ਨਸੀਬ ਮਹਿਸੂਸ ਕਰਦੇ ਨੇ।